ਹਾਂਜੀ ਸਤਿ ਸ੍ਰੀ ਅਕਾਲ ਜੀ ਸ਼ਿਓਕਾ ਟੈਕਨੋਲੋਜੀ ਮਨ ਜਰਮਨੀ ਤੋਂ ਬੋਲਦਾ ਪੂਰੇ ਵਰਲਡ ਦਾ ਤਹਿਦਾ ਤਨਵਾਦ ਕਰਦਾ ਜਿੰਨੇ ਮੇਰੀਆਂ ਵੀਡੀਓ ਦੇਖਦੇ ਨੇ ਥੈਂਕ ਯੂ ਜੂ ਪੂਰਾ ਤੁਹਾਡਾ ਜਿੰਨੇ ਸਬਸਕ੍ਰਾਈਬਰ ਨੇ ਮੇਰੇ ਤੇ ਬਾਕੀ ਤੁਹਾਨੂੰ ਪਤਾ ਲੱਗ ਗਿਆ ਹੋਣਾ ਚੰਡੀਗੜ੍ਹ ਦਾ ਜੋ ਆਪਣੇ ਵਾਪਰੇ ਉੱਥੇ ਠੀਕ ਹੈ ਇੱਕ ਕੰਗਣਾ ਰਣੋਤ ਕਰਕੇ ਕਹਿੰਦੇ ਐਮਪੀ ਬਣੀ ਨਵੀਂ ਨਵੀਂ ਉਹਦੇ ਕਲਵਿੰਦਰ ਕੋਰ ਉਹਨੇ ਥੱਪੜ ਜੜ ਦਿੱਤਾ ਪੂਰੇ ਵਰਲਡ ਵਿੱਚ ਤਹਿਲਕਾ ਮਚਿਆ ਪਿਆ ਬੰਦੇ ਨਿਉ ਜਲਾਈ ਜਾਂਦੇ ਨੇ ਬੱਲੇ ਬੱਲੇ ਜੱਟியே ਕਮਾਲ ਕਰ ਦਿੱਤੀ ਤੇ ਹਰ ਕੰਮ ਜੱਟੀਆਂ ਹੀ ਕਰਦੀਆਂ ਹਨ ਜਾਂ ਹੋਰ ਵੀ ਕੋਈ ਕਰ ਸਕਦੇ ਨਾ ਇਹਨੂੰ ਜੱਟ ਨੂੰ ਨਾ ਵਿੱਚ ਪਸਾ ਲਿਆ ਕਰੋ ਠੀਕ ਹੈ ਕਨੇ ਆਹ ਕਰਦਾ ਤਾਂ ਕੋਈ ਜੋ ਫਰਾਂਦੋਂ ਦੇ ਨਾ ਖਰੀਦੀਆਂ ਫਲਾਨਾ ਇਦਾਂ ਇਦਾਂ ਹੋ ਜਾਊਗਾ ਪੰਪ ਦੇ ਰਹੇ ਨੇ ਤੱਕ ਤੱਕ ਕਰਕੇ ਵਾਸੇ ਮੌਕੇ ਤੇ ਖੜਦੇ ਫੜਦੇ ਕੋਈ ਨਹੀਂ ਕਿ ਹੁੰਦੇ ਬਾਅਦ ਦੇ ਵਿੱਚ ਪਤਾ ਲੱਗ ਜਾਂਦਾ ਹੁੰਦਾ ਠੀਕ ਹੈ ਕਨੇ ਕੋਈ ਗੱਲ ਨਹੀਂ ਚਲੋ ਆਪਾਂ ਇਧਰਲੀ ਲਾਈਨ ਦੇ ਵਿੱਚ ਆਉਣੇ ਹਜੇ ਤੇ ਆਪਣੇ ਉਹ ਆਨ ਡਿਊਟੀ ਸੀਗੀ ਕੁਲਵਿੰਦਰ ਕੌਰ ਲੜਕੀ ਤੇ ਐਮਪੀ ਨੇ ਦਿੱਲੀ ਨੂੰ ਆਉਣਾ ਸੀਗਾ ਤੇ ਉਹ ਕਹਿੰਦੀ ਸੀ ਆਪਣਾ ਪਾਸ ਤੇ ਟੈਲੀਫੋਨ ਦੇ ਤੇ ਉਹ ਕਹਿੰਉਂ ਨੇ ਨਾ ਕਰ ਦਿੱਤੇ ਸੀ ਕਹਿੰਦੀ ਮੈਂ ਐਮਪੀ ਹਾਂ ਇਹ ਥੋੜੋ ਤੁਸੀਂ ਐਮਪੀ ਆ ਜੋ ਜੋ ਮਰਜੀ ਉਹ ਚੈਕਿੰਗ ਤਾਂ ਕਰਨੀ ਉਹ ਆਨ ਦੀ ਡਿਊਟੀ ਹੈ ਉਹਦਾ ਫਰਜ ਬਣਦਾ ਤੁਹਾਨੂੰ ਚੈੱਕ ਕਰਨਾ ਠੀਕ ਹੈ ਕੰਮ ਹੈ ਤੇ ਫਿਰ ਉਹਨਾਂ ਨੂੰ ਜ਼ਰੂਰਤ ਤੇ ਕੋਈ ਨਹੀਂ ਲਾਉਣ ਦੀ ਫਿਰ VIP ਲੈਣ ਤੇ ਉੱਚੀ ਲੰਘ ਜਾ ਉੱਥੇ ਜ਼ਰੂਰੀ ਜਾਣਾ ਠੀਕ ਹੈ ਤੇ ਇਦਾਂ ਕੋਈ DIG SSP ਆਣ ਕੇ ਕਹੂਗਾ ਵੀ ਮੈਂ ਤਾਂ ਯੂਜੀ ਹਾਂ ਫਲਾਣਾ ਮੈਂ ਤੇ ਚੈਕਿੰਗ ਹੀ ਨਹੀਂ ਕਰਾਉਣੀ ਹੈ ਮੈਂ ਪਾਸਪੋਰਟ ਹੀ ਨਹੀਂ ਦੇਣਾ ਇਹ ਤਾਂ ਗਲਤ ਗੱਲ ਹੈ ਨਾ ਠੀਕ ਹੈ ਇਹ ਤਾਂ ਚੰਗਾ ਨਹੀਂ ਗੱਲ ਲੱਗਦਾ ਹੈਗਾ ਜਿਹੜਾ ਬੰਦਾ ਡਿਊਟੀ ਉੱਤੇ ਆ ਉਹਨੇ ਤੁਹਾਡੇ ਕਾਗਜ਼ ਮੰਗਣੇ ਮੰਗਣੇ ਬਾਹਰ ਨਾਲ ਇੱਧਰ ਆਪਣੇ ਸਾਡੇ ਜਰਮਨ ਦਾ ਹਿਟਲਰ ਤੁਹਾਨੂੰ ਪਤਾ ਹੈ ਜੇ ਪੂਰੇ ਬਾਡ ਦੇ ਵਿੱਚ ਮਸ਼ਹੂਰ ਹੈ ਕਣਹੀਂ ਤੇ ਉਹ ਵੀ ਕਿਤੇ ਪ੍ਰੋਗਰਾਮ ਸੀ ਤੇ ਉੱਥੇ ਗਿਆ ਤੇ ਉੱਥੇ ਕਾਰਡ ਚੈੱਕ ਕਰਦੇ ਸੀ ਬੰਦਾ ਕਹਿੰਦਾ ਆਈਡੀ ਦੇ ਉਹ ਕਹਿੰਦਾ ਮੈਂ ਤੁਹਾਨੂੰ ਪਤਾ ਨਹੀਂ ਮੈਂ ਹਿਟਲਰ ਹਾਂ ਹੈ ਦੇਸ਼ ਦਾ ਪ੍ਰਧਾਨ ਮੰਤਰੀ ਉਹ ਕਹਿੰਦਾ ਨਹੀਂ ਕੋਈ ਚੱਕਾ ਨਹੀਂ ਮੈਨੂੰ ਕਾਰਡ ਚਾਹੀਦਾ ਤੇ ਉਹ ਵੀ ਜਾਣ ਕੇ ਮਜ਼ਾਕ ਕਰਦਾ ਸੀਗਾ ਤੇ ਮੰਨਿਆ ਨਹੀਂ ਤੇ ਉਹ ਕਹਿੰਦਾ ਮੈਂ ਕਾਰਡ ਤੋਂ ਬਿਨਾ ਤੈਨੂੰ ਐਂਟਰੀ ਨਹੀਂ ਕਰਨ ਦੇਣਾ ਅੰਦਰ ਠੀਕ ਹੈ ਕਣਹੀਂ ਤੇ ਹਿਟਲਰ ਨੇ ਕਾਰਡ ਦਿੱਤਾ ਉਹਨੂੰ ਠੀਕ ਆ ਲੈ ਕਾਰਡ ਲੈ ਲਾ ਠੀਕ ਹੈ ਤੇ ਹਿਟਲਰ ਨੇ ਉਹਨੂੰ ਗਾਰਡ ਨਾਲ ਲਾਇਆ ਜੱਫੀ ਪਾਈ ਆ ਥੈਂਕ ਯੂ ਜੋ ਕੀਤਾ ਕਹਿੰਦਾ ਮੇਰੇ ਆਪਣੇ ਅਜੜੇ ਡਿਊਟੀ ਦੇ ਚੈਕਿੰਗ ਕਰਦੇ ਵੇ ਮੈਨੂੰ ਕਿਹਾ ਨਹੀਂ ਵੀ ਮੈਂ ਆਪਣਾ ਦੇਸ਼ ਦਾ ਪ੍ਰਧਾਨ ਮੰਤਰੀ ਮੈਂ ਉਹ ਦਿਨ ਜਾਣ ਦਿੱਤਾ ਉਹਨੂੰ ਗਾਰਡ ਨਾਲ ਜੱਫੀ ਪਾ ਕੇ ਉਹਦਾ ਥੈਂਕ ਯੂ ਕੀਤਾ ਔਰ ਇਹ ਵੀ ਦੱਸ ਦਿੱਤਾ ਜੀ ਤੂੰ ਮੈਨੂੰ ਇਦਾਂ ਜਾਣ ਦੇ ਦਿੰਦਾ ਨਾ ਬਿਨਾ ਕਾਰਡ ਤੋਂ ਤੇ ਤੇਰੇ ਮੈਂ ਗੋਲੀ ਸਿਰ ਵਿੱਚ ਮਾਰਨੀ ਸੀਗੀ ਠੀਕ ਹੈ ਕਿ ਨਹੀਂ ਚਲੋ ਇਹ ਹੁੰਦੇ ਆਫੀਸਰ ਠੀਕ ਹੈ ਆਗਣੇ ਨਾਰਮਲ ਇਹਨਾਂ ਦਾ ਕੰਮ ਹੈ ਸਾਡੀ ਸੁਰੱਖਿਆਦਾਰਨੀ 에어ਪੋਰਟ ਦੇ ਉੱਤੇ ਬੰਦਾ ਸੇਫ ਹੈ ਨੀਗਾ ਤੇ ਫਿਰ ਸੇਫ ਕਿਤੇ ਵੀ ਹੈ ਨੀਗਾ ਜੇ ਇਹੇ ਪੁਲਿਸ ਵਾਲੇ ਇਦਾਂ ਦੀਆਂ ਝੱਕੀਆਂ ਕਾਣ ਲਾਪਣ ਇਦਾਂ ਦੇ ਬੰਦਿਆਂ ਦੇ ਨਾਲ ਤੇ ਨਾਰਮਲ ਬੰਦਿਆਂ ਨਾਲ ਕਰਨ ਨੂੰ ਟਾਈਮ ਨਹੀਂਗਾ ਇਹਨਾਂ ਨੇ ਲਾਉਣਾ ਠੀਕ ਹੈ ਆਗਣੇ ਚਲੋ ਉਹਦਾ ਗੁੱਸਾ ਹੋਵੇਗਾ ਕਿਸੇ ਗੱਲ ਤੋਂ ਹਟਦੀ ਉਹ ਵੀ ਹੈ ਨਹੀਂ ਸੀਗੀ ਗਾਲਾਂ ਗੂਣਾ ਕੱਢਦੀ ਸੀਗੀ ਕਾਫੀ ਮੁੰਡਾ ਚੰਗਾ ਬਹੁਤ ਬੋਲਦੀ ਆ ਤੇ ਮੰਦਾ ਚੰਗਾ ਦੱਸ ਪੰਜਾਬੀਆਂ ਨੂੰ ਗਾਣਾ ਕਢਦੀ ਆ ਵਈ ਹੈ ਪੰਜਾਬੀਆਂ ਕਰਕੇ ਤਾਂ ਮਸ਼ਹੂਰ ਹੋਈਓ ਪੰਜਾਬੀਆਂ ਤੇ ਉੱਤੇ ਲਿਆਂਦਾ ਪੰਜਾਬੀਆਂ ਨੇ ਤੇਰੀਆਂ ਫ੍ਰੀ ਰੀਆਂ ਕਿੱਸਾਂ ਦੇ ਦੇ ਕੇ ਆ ਰੰਗ ਤੂੰ ਚਟਾ ਸਾਫ ਕਰਾਇਆ ਪਿਆ ਆਪਣਾ ਹੈ ਜਿਨ੍ਹਾਂ ਨੇ ਤੇਰੀਆਂ ਕਿੱਸਾਂ ਕੀਤੀਆਂ ਉਹ ਸਾਲੇ ਕਾਲੇ ਭੱਦੇ ਜੇ ਫਿਰਦੇ ਨੇ ਉਹਨਾਂ ਨੇ ਤੈਨੂੰ ਰੰਗ ਤੇਰਾ ਸਾਫ ਕਰਕੇ ਤੈਨੂੰ ਬਾਲੀਵੁੱਡ ਚ ਭੇਜਿਆ ਹੁਣ ਤੈਨੂੰ ਐਮਪੀ ਦੀ ਚੋਣ ਲੜਾਈ ਉੱਤੇ ਜਿੱਤੀਆਂ ਤੂੰ ਨਾ ਫਿਰ ਤੂੰ ਪੰਜਾਬੀਆਂ ਨੂੰ ਕਾਰਦੀਆਂ ਤੇਰਾ ਬਗਾੜਿਆ ਕੀ ਹਰ ਪਾਸੇ ਤੂੰ ਪੰਜਾਬੀਆਂ ਦੇ ਦੌਰੇ ਕਦੇ ਕਿਸਾਨਾਂ ਦੇ ਦੌਰੇ ਹੋ ਜਾਣੀ ਕਾਰਦੀ ਤਾਂ ਹੈ ਇਦਾਂ ਹੀ ਇਹ ਠੀਕ ਹੈ ਇਹ ਗਲਤ ਕੰਮ ਹੈ ਚਲੋ ਵੱਜ ਗਿਆ ਥਾਪੜ ਪਰ ਨੋਰਮਲ ਮੇਰੇ ਹਿਸਾਬ ਦੇ ਨਾਲ ਜਦੋਂ ਤੂੰ ਤੂੰ ਮੈਂ ਮੈਂ ਕਹਿੰਦੇ ਹੋਈ ਆ ਉਹਦੀ ਤੇ ਉਹਨੂੰ ਆਪਣਾ ਸੀਨੀਅਰ ਅਫੀਸਰ ਲੈ ਆਉਣਾ ਚਾਹੀਦਾ ਸੀਗਾ ਕੁੜੀ ਨੂੰ ਵਈ ਉਹਨੂੰ ਲਿਆ ਕੇ ਦੱਸ ਲਈ ਵੀ ਇਹ ਚੈਕਿੰਗ ਨਹੀਂ ਕਰਾਉਂਦੇ ਤੇ ਇਸ ਕਰਕੇ ਉਹ ਆਉਂਦਾ ਉਤੋਂ ਉਹਦੇ ਨਾਲ ਹੱਥ ਤੋਂ ਵਾਈ ગાંધી ਜ਼ਰੂਰਤ ਕੋਈ ਨਹੀਂ ਸੀ ਠੀਕ ਹੈ ਉਹ ਫਿਰ ਮਸਲਾ ਨੇ ਵੀ ਢ ਲੈਂਦੇ ਹੁੰਦੇ ਨੇ ਇਹਨਾਂ ਦੇ ਹੁੰਦੇ ਨੇ ਆਫੀਸਰਸ ਸੀਨੀਅਰ ਵੀ ਵਿੱਚ ਬੈਠੇ ਹੁੰਦੇ ਨੇ ਜੇ ਦੂਸਰੇ ਬੰਦੇ ਨੂੰ ਨਹੀਂ ਪਤਾ ਮਿਸਟੇਕਾਂ ਹੋਣੀਆਂ ਤਾਂ ਉਹਨੂੰ ਸੱਦਣਾ ਪੈਂਦਾ ਤੇ ਉਹ ਕਲੀਅਰ ਕਰਦਾ ਹੁੰਦਾ ਆਣ ਕੇ ਇਹ ਨੂੰ ਉਹਦੇ ਕੋਲ ਜਾਣਾ ਚਾਹੀਦਾ ਸੀਗਾ ਮੁੱਦਾ ਇੱਥੇ ਤੱਕ ਆਉਣਾ ਕੋਈ ਨਹੀਂ ਸੀਗਾ ਠੀਕ ਹੈ ਤੇ ਬਾਕੀ ਉੱਥੇ ਗਰਮੋ ਗਰਮੀ ਹੋਗਾ ਤੇ ਫਿਰ ਲਫੜ ਬੱਜਿਆ ਤੇ ਹੁਣ ਪੂਰੇ ਬਾਰਡ ਦੇ ਵਿੱਚ ਕਾਬਰਾਂ ਪੈਲ ਗਈਆਂ ਤੇ ਉਹਨੇ ਫਿਰ ਕਿਹਾ ਕਿ ਅੱਤਵਾਦੀ ਦੱਸਿਆਊਗਾ ਇਹਨੂੰ ਕੁੜੀ ਨੂੰ ਕੜਾ ਪਾਇਆ ਕੁਲਵਿੰਦਰ ਕੋਰ ਨਾਂ ਤੇ ਰਾੱਤਵਾਦੀ ਵੀ ਜਿਹੜੇ ਕੋਹਰਾ ਸਿੰਘ ਐ ਜਿਉਂ ਨੇ ਪਾ ਗਵਰਨਰ ਨੂੰ ਦਾੜੀ ਰੱਖੀ ਹੋਆ ਇਹਨਾਂ ਨੂੰ ਅਸੀਂ ਅੱਤਵਾਦੀ ਦੱਸਣਾ ਪੈਣਾ ਠੀਕ ਹੈ ਕਿ ਨਹੀਂ ਅੱਤਵਾਦੀ ਦੱਸਦੇ ਆ ਇਹਨਾਂ ਨੂੰ ਕੋਈ ਵੀ ਬੰਦਾ ਪੰਜਾਬੀ ਬੰਦਾ ਹੁਣ ਤਾਂ ਇਹਨਾਂ ਨੂੰ ਸਾਲਾਂ ਨੂੰ ਅੱਤਵਾਦੀ ਦਸੀ ਜਾਣਾ ਠੀਕ ਹੈ ਕਿ ਨਹੀਂ ਚਲੋ ਅੱਤਵਾਦੀ ਤੁਹਾਡੇ ਨਹੀਂ ਕੇ ਹੈਗੇ ਉਹ ਜਿਹੜਾ ਸੰਜੇ ਦੱਤ ਸੀਗਾ ਉਹ ਕੋਈ 1947 ਫੜੀ ਗਈ ਸੀ ਪਤਾ ਤੁਹਾਨੂੰ ਬਾਲੀਵੁੱਡ ਦੇ ਵਿੱਚ ਐਕਟਰ ਤੁਸੀਂ ਤੁਮੀ ਐਕਟਰ ਤੇ ਉਹ ਵੀ ਐਕਟਰ ਅੱਤਵਾਦੀ ਤੁਸੀਂ ਹੀ ਕਸੇ ਹੋ ਉਹ ਡੋਲਡਾ ਇਬਰਾਹਿਮ ਉਹ ਕੜਾ ਖਤਰਨਾਕ ਉਹ ਤੇ ਗੈਂਗਸਟਰ ਰਿਹਾ ਬੰਬੇ ਦੇ ਵਿੱਚ ਦੁਬਈ ਵੱਲ ਆ ਗਿਆ ਤੁਹਾਡੇ ਕੋਲੋਂ ਤੁਸੀਂ ਸਾਲੀਓ ਰਾਤਾਂ ਕਟਾਉਣੀਆਂ ਰਹੀਆਂ ਉਹਦੇ ਨਾਲ ਜਾ ਜਾ ਕੇ ਹੈ ਤੁਹਾਨੂੰ ਜਦੋਂ ਜਸੱਦ ਦਾ ਸੀ ਹੁਣ ਉੱਥੇ ਜਾਣੀਆਂ ਹੁੰਦੀਆਂ ਸੀ ਤੁਸੀਂ ਜੇ ਇਹਨੂੰ ਚਾਹੁੰਦਾ ਹੁੰਦਾ ਸਗਾ ਤੇ ਉਹ ਕੀ ਕੀ ਸਗਾਉ ਆਤਵਾਦੀ ਨਹੀਂ ਸਗਾ ਹੂੰ ਤਾ ਤੂੰ ਇੱਥੇ ਹਰੇਕ ਬੰਦੇ ਨੂੰ ਆਤਵਾਦੀ ਦੱਸੀ ਜਾਨੀਆ ਕਿਸਾਨਾਂ ਨੂੰ ਵੀ ਦੱਸੀ ਜਾਨੀ ਉਹਨਾਂ ਨੂੰ ਵੀ ਗਾਲਾਂ ਗੋਲਾਂ ਤੂੰ ਕੱਢੀਆਂ ਜਾ ਕੇ ਤੇ ਫਿਰ ਤੇ ਜੁੱਤੀਆਂ ਵੱਜਣੀਆਂ ਵੱਜਣੀਆਂ ਸੀ ਠੀਕ ਐ ਕਹਨੇ ਉਹਦੇ ਕੋਲ ਹਥਿਆਰ ਹੁੰਦਾ ਤੇ ਤੇਰਾ ਤੇਰਾ ਕੰਮ ਕਰ ਦੇਣਾ ਸਗਾ ਹਣ ਚਲੋ ਠੀਕ ਐ ਐਦਾਂ ਥੋੜੀ ਜਿਹੀ ਝੱਕ ਇਹਦੀ ਹੋਣੀ ਚਾਹੀਦੀ ਸੀ ਕਿ ਰਿਪੇਅਰ ਚਲੋ ਹੋ ਗਈ ਆ ਬਾਈਬੇਲੇ ਬੰਦੇ ਨੂੰ ਨਾ ਗੁੱਸਾ ਆ ਹੀ ਜਾਂਦਾ ਹੁੰਦਾ ਕਈ ਆਫੀਸਰ ਹੁੰਦੇ ਕਿ ਬੰਦੇ ਇਦਾਂ ਦੇ ਹੁੰਦੇ ਨੇ ਉਹ ਬੰਦੇ ਨੂੰ ਬਾਰ ਕਰ ਨੂੰ ਗੁੱਸਾ ਦਵਾ ਕੇ ਹਟ ਦਿੰਦੇ ਉਹਨਾਂ ਕੰਮ ਹੀ ਇਹ ਹੁੰਦਾ ਠੀਕ ਹੈ ਕਿ ਗੁੱਸਾ ਆ ਹੀ ਜਾਂਦਾ ਸ਼ਰੀਫ ਬੰਦੇ ਨੂੰ ਵੀ ਗੁੱਸਾ ਆ ਜਾਂਦਾ ਮੇਰੇ ਇੱਥੇ ਜਰਮ ਵੀ ਬਚਰਨ ਨਾ ਮੇਰਾ ਬੜਾ ਲੜਾਈ ਝਗੜੇ ਦਾ ਕੰਮ ਨਹੀਂ ਹੁੰਦਾ ਟੈਕਸੀ ਦੇ ਵਿੱਚ ਜੇ ਕਿਸੇ ਨੂੰ ਪੈਸੇ ਨਹੀਂ ਵੀ ਹੈਗੇ 5-7 ਡਾਲਰ ਦਾ ਮੈਂ ਛੱਡ ਦਿੰਦਾ ਹੁੰਦਾ ਸਗਾ ਉਹਨੂੰ ਚਲੋ ਛੱਡੋ ਪਰ ਜੀ ਨਹੀਂ ਹੈਗੇ ਆਜੋ ਠੀਕ ਹੈ ਕਿ ਨਹੀਂ ਕੋਈ ਪ੍ਰੌਨ ਕੋਈ ਨਹੀਂ ਗੀ ਤੇ ਮੈਂ ਉੱਥੇ ਕੋਈ ਰੇਲਵੇ ਸਟੇਸ਼ਨ ਤੇ ਖੜਾ ਕਿੰਨੇ ਚਿਰਾਂ ਤੋਂ ਮੈਂ ਤਿੰਨ ਕ ਘੰਟੇ ਹੋ ਗਏ ਹੁਣ ਖੜੇ ਨੂੰ ਤੇ ਇੱਕ ਬੰਦਾ ਆ ਗਿਆ ਮੇਨਾ ਵੀ ਇਹ ਹਾਸਾ ਹੋਇਆ ਠੀਕ ਹੈ ਉਹ ਆਇਆ ਬੰਦਾ ਬੈਠਿਆ ਉਹਨੂੰ ਤਿੰਨ ਚਾਰ ਕਿਲੋਮੀਟਰ ਜਾਣਾ ਸੀ ਉਹ 4 ਕਿਲੋਮੀਟਰ ਦੇ ਵਿੱਚ ਮੈਨੂੰ ਉਹ ਉਹਨੇ ਗਰਮੀ ਲਿਆਂਦੇ ਮਰਾ ਉਹ ਦਿਮਾਗ ਖਰਾਬ ਕੀਤਾ ਉਸ ਬੰਦੇ ਨੇ ਤੁਸੀਂ ਗੱਲਾਂ ਹੀ ਛੱਡ ਦਿਓ 10 12 15 ਰੁਪਏ ਦੀ ਸਵਾਰੀ ਸੀ ਸਾਰੀ ਤੇ ਉਹ ਮੇਰੇ ਜਾਨੀ ਕਿ ਮੈਨੂੰ ਕਿੱਥੋਂ ਆਇਆ ਕੀ ਕਰਦੇ ਫਲਾਣ ਨਾ ਤੁਸੀਂ ਇੱਥੇ ਆਏ ਹੋ ਐਦਾਂ ਤੁਹਾਡੇ ਬੰਦੇ ਚੋਰੀਆਂ ਕਰਦੇ ਆ ਕਰਦੇ ਪਾਣੀ ਕੋਲੇ ਬਹੁਤ ਕੀਤਾ ਮੈਂ ਪੈਸੇ ਨਾ ਦਾ ਮੈਂ ਤੂੰ ਕੀ ਕਰਨੋਂ ਕਰ ਕੀ ਸਕਦੇ ਤੁਸੀਂ ਮੈਂ ਅੱਕਿਆ ਦਾ ਪਹਿਲਾਂ ਉੱਥੋਂ ਬਹੁਤ ਸਗਣਾ ਤਿੰਨ ਚਾਰ ਘੰਟੇ ਤੋਂ ਤੇ ਕੋਸ ਮੈਨੂੰ ਉਹਨੇ ឱਕਾਰ ਦਿੱਤਾ ਆਨਕੀ ਤੂੰ ਤੁਸੀਂ ਯਕੀਨ ਨਹੀਂ ਕਰਨਾ ਬੰਦਾ ਉੱਤਰਗਮ ਪਹਿਲੇ ਦਿਨ ਕੀ ਕਰੂਗਾ ਉਹਦੇ ਉੱਤੇ ਜਲਾਨੀ ਦੇਖਦੀ ਸੀਗੀ ਥਾਲੇ ਹੂੰ ਉਹ ਆ ਗਈ ਉਹ ਕਹਿੰਦਾ ਪੈਸੇ ਮੈਂ ਕਦੇ ਦਿੰਦਾ ਨਹੀਂ ਉਹ ਕਹਿੰਦੀ ਚਲ ਮੈਂ ਦੇ ਦਿੰਦਾ ਕਹਿੰਦਾ ਤੂੰ ਨਹੀਂ ਦੇਣੇ ਹੈਗੇ ਹੈ ਤੂੰ ਕੀ ਕਰੂਗਾ ਕਿ ਮੰਦੇ ਨੇ ਮੇਰੇ ਜਣੇ ਕਿ ਉਹਨੇ ਕੁਸਣ ਮਾਰਨ ਦੀ ਕੋਸ਼ਿਸ਼ ਕੀਤੀ ਤੇ ਮੈਂ ਮਾਰਾ ਜ ਮੂੰਹ ਇਧਰਲੇ ਪਾਸੇ ਮੁਕਾ ਲੈ ਇਧਰਲੇ ਇਹਨੂੰ ਹੋ ਗਿਆ ਚਲੋ ਮੈਂ ਕਿਹਾ ਹੁਣ ਕੰਮ ਤਾਂ ਵਧੇ ਹੀ ਗਿਆ ਜੋ ਮਰਜੀ ਬੰਦਾ ਵਜੇ ਵੇਲੇ ਨਾ ਫਿਰ ਦੇਖਦਾ ਨਹੀਂ ਕੋਈਸ ਵੀ ਜੋ ਮਰਜੀ ਨੁਕਸਾਨ ਹੁੰਦਾ ਨਾਰਮਲ ਸਾਨੂੰ ਇੰਨੀਆਂ ਹਦਾਇਤਾਂ ਦਿੱਤੀਆਂ ਆ ਕੋਈ ਵੀ ਬੰਦਾ ਤੁਹਾਨੂੰ ਗਾਲੀ ਗਲੋਚ ਕਰੋ ਸਹਿਣਾ ਪੈਣਾ ਤੁਹਾਨੂੰ ਠੀਕ ਹੈ ਤੁਹਾਣਾ ਬਦਤਮੀਜ਼ੀ ਕਰਾ ਸਹਿਣਾ ਪੈਣਾ ਤੁਹਾਨੂੰ ਪਾਸਟਪਨ ਨਾਲ ਬਦਤਮੀਜ਼ੀ ਨਹੀਂ ਕਰਨੀ ਅਗਰ ਉਹਨੇ ਸ਼ਿਕਾਇਤ ਕਰ ਦਿੱਤੀ ਨਾ ਬਦਤਮੀਜ਼ੀ ਕੀਤੀ ਤੁਹਾਨੂੰ ਸੱਦਣਾ ਉੱਥੇ ਤੁਹਾਡਾ ਲਾਇਸੈਂਸ ਜਾਂਦਾ ਰਹਿਣਾ ਗੱਡੀ ਚੋਣਾਉਣ ਦੇ ਤੁਸੀਂ ਕਹਿੰਦੇ ਕਾਬਿਲ ਨਹੀਂ ਕਿਉਂਕਿ ਏ ਕੰਟਰੀ ਇਦਾਂ ਦੀ ਠੀਕ ਹੈ ਤੇ ਬੰਦਾ ਕੀ ਕਰੇ ਉਸ ਟਾਈਮ ਦੇ ਉੱਤੇ ਨਹੀਂ ਸੁਧਰ ਹੋਇਆ ਮੇਰੇ ਕੋਲ ਮੇਰੇ ਜਦ ਹੱਥੋਂ ਪਾਈ ਹੋਣ ਲੱਪਿਆ ਫਿਰ ਮੇਰੇ ਕੋ ਗੱਡੀ ਦਾ ਟਾਇਰ ਬਦਲਣਾ ਬੜਾ ਪਾਣਾ ਸੀ ਮੇਰਾ ਉਹ ਕੱਢਿਆ ਡਿੱਗੀ ਦੇ ਵਿੱਚੋਂ ਤੇ ਮੈਂ ਉਹਦਾ ਇੱਥੇ ਆ ਨਾ 5 7 ਇੱਥੇ ਟਿਕਾਏ ਜਲਾ ਹਣ ਨਾਲੇ ਚੀਕਾਂ ਨਾਲੇ ਜਨਾਨੀ ਦੀਆਂ ਪੈਣੀਆਂ ਸ਼ੁਰੂ ਹੋ ਗਈਆਂ ਤੇ ਫਿਰ ਸੂਤੇ ਹੀ ਬੰਦਾ ਇਦਾਂ ਆਉਂਦਾ ਹੈ ਹੈ ਤੇ ਮੈਂ ਡਿੱਗੀ ਉੱਤੇ ਚੱਕੀ ਉੱਤੇ ਤੇ ਮੈਂ ਕਿਹਾ ਚੱਲ ਜੋ ਮਰਜੀ ਕਰ ਲੈ ਨਾ ਨੰਬਰ ਨੂੰ ਉਠਾਉਣਾ ਨਾ ਬਸ ਤਾਂ ਹਨੇਰਾ ਹੈਗਾ ਆ ਜੋ ਤੇਰਾ ਦਿਲ ਕਰਦਾ ਕਰ ਯਾਨੀ ਕਿ ਬੰਦੇ ਨੂੰ ਹਰਕਤ ਦੇ ਵਿੱਚ ਲੈ ਆਉਂਦੇ ਹੁੰਦੇ ਮੇਰਾ ਇੱਕੋ ਹੀ ਕੰਮ ਹੋਣਾ ਇਹ ਮੈਨੂੰ ਮੈਂ ਟੈਕਸੀ ਦੇ ਵਿੱਚ ਕੀਤਾ ਸੀਗਾ ਕਿਉਂਕਿ ਬੰਦਾ ਕੋਲ ਕੰਟਰੋਲ ਨਹੀਂ ਹੁੰਦਾ ਠੀਕ ਹੈ ਤੇ ਬਾਕੀ ਚਲੋ ਹੁਣ ਕੀ ਕਰ ਸਕਦੇ ਹੁਣ ਜਥੇਬੰਦੀਆਂ ਜਿੰਨੀਆਂ ਹੈਗੀਆਂ ਸਾਥ ਦੇਣਾ ਚਾਹੀਦਾ ਕਾਨੂੰਨੀ ਕਾਰਵਾਈ ਹੋਣੀ ਹੈ ਕਈ ਕੁਝ ਹੋਣਾ ਹੈ ਤੇ ਉਹਨਾਂ ਨੇ ਕਰਨੀ ਕਰਨੀਆਂ ਠੀਕ ਕਿ ਨਹੀਂ ਛੱਡਦੇ ਛੱਡਦੇ ਨਹੀਂ ਗਏ ਹੁੰਦੇ ਬੰਦੇ ਨੂੰ ਮੈਨੂੰ ਲੱਗਦਾ ਛੱਡ ਉਹਨੂੰ ਹੈਲਪ ਹੋਣੀ ਚਾਹੀਦੀ ਆ ਠੀਕ ਆ ਕਰਨ ਜਿੱਦਾਂ ਤੁਸੀਂ ਸੁਣਿਆ ਹੋਣਾ ਹਰਿਆਣਾ ਦਾ ਮੁੱਖ ਮੰਤਰੀ ਹੁੰਦਾ ਸੀਗਾ ਭਪਿੰਦਰ ਖੋਡਾ ਕਰਕੇ ਫਿਰ ਉਪਮਨ ਮੁੱਖ ਮੰਤਰੀ ਖਰਤ ਪੁੱਲਾ ਸੀਗਾ ਕੋਈ ਨਾ 100% ਨਹੀਂਗਾ ਪਤਾ ਹੈਗਾ ਹੈ ਸੀ ਉਹ ਪਾਣੀ ਪਤ ਆਇਆ ਸੀ ਤੇ ਉਹਦੇ ਬੰਦੇ ਨੇ ਥੱਪੜ ਮਾਰ ਦਿੱਤਾ ਸੀ ਤੇ ਉਹ ਮੁੱਖ ਮੰਤਰੀ ਸੀ ਐਮ ਸੀ ਉਹਨੇ ਗੱਲ ਕਰਕੇ ਟਾਲ ਦਿੱਤਾ ਵੀ ਇਹ ਬੰਦਾ ਪਾਗਲ ਹੈ। ਨੀਨੂੰ ਥੱਪੜ ਮਾਰਿਆ ਕੋਈ ਗੱਲ ਨਹੀਂ। ਨੋਰਮਲ ਹੈ ਹੀ ਪਾਗਲ ਹੈ। ਥੱਪੜ ਮੇਰੇ ਮਾਰਿਆ ਕੋਈ ਚੱਕਰ ਨਹੀਂ। ਚਲੋ ਤੁਸੀਂ ਆ ਗਏ। ਤੇ ਉਹ ਬੰਦੇ ਦਾ ਅੱਜ ਤੱਕ ਪਤਾ ਨਹੀਂ ਲੱਗਿਆ ਵੀ ਗਿਆ ਕਿੱਥੇ। ਕਿੱਥੇ ਰਹਿੰਦਾ ਕਿੱਥੇ ਚਲੇਗਾ। ਪਾਗਲਾਂ ਵਾਲੇ ਹਸਪੀਟਲ ਭੇਜਿਆ। ਕਿੱਥੇ ਮਰਿਆ ਕੀ ਹੋਇਆ ਉਹਨੋਂ ਲੱਭਿਆ ਹੀ ਕੋਈ ਨਹੀਂਗਾ। ਠੀਕ ਹੈ। ਤੇ ਬਾਕੀ ਧਾਰਨਿਆਂ ਦੇ ਵਿੱਚ ਇੱਕ ਉੱਥੇ ਕੋਈ ਆਈਜੀ ਵੀ ਫਰਦਾ ਸੀ ਉਹ ਵੀ ਪਾਣੀ ਪੱਤ ਦਾ ਸੀਗਾ ਉਹਨੂੰ ਵੀ ਪੰਪ ਦੇ ਦੇਗਾ ਜਿਸ ਤੇਰੇ ਨਾਲ ਮੈਂ ਫਲਾਨਾ ਇਦਾਂ ਖੜਾਂਗਾ ਇਦਾਂ ਚਾਕਾ ਚਕੋਗੇ ਬਿਆਨ ਮੋ ਗਲਤ ਮੋਤ ਦਵਾਸਤੇ ਉਹ ਵੀ ਤੈਸ਼ ਸ਼ੈਸ਼ ਦੇ ਵਿੱਚ ਜਾ ਗਿਆ ਤੇ ਨੌਕਰੀ ਤੋਂ ਹੱਥ ਧੋਣੇ ਪਏ ਤੇ ਹੁਣ ਸੜਕਾਂ ਤੇ ਰੋਲਦਾ ਫਿਰਦਾ ਹੈ ਠੀਕ ਹੈ ਕਹਨਾਂ ਤੇ ਇਹ ਉਹ ਜੇ ਕੰਮ ਜਿਹੜੇ ਹੁੰਦੇ ਆ ਬੜੇ ਸੋਸ ਸਮਝ ਕੇ ਹੁੰਦੇ ਆ ਤੇ ਇਹ ਤੇ ਜਾਨੀ ਕਿ ਕੰਟਰੋਲ ਕਰਨਾ ਪੈਂਦਾ ਬਹੁਤ ਜ਼ਿਆਦਾ ਠੀਕ ਆ ਹੋੜ ਮਤ ਨਹੀਂ ਕਰਨੀ ਚਾਹੀਦੀ ਇਹ ਨਹੀਂ ਵੀ ਨਾਲ ਵਾ ਨਾਲ ਬੰਦਾ ਖੜਦਾ ਫਿਰਦਾ ਕੋਈ ਨਹੀਂ ਹੁੰਦਾ ਪਹਿਲਾਂ ਉਹ ਗੱਪਾਂ ਗੱਪਾਂ ਮਾਰਦੇ ਆ ਬੜੇ ਬੜੇ ਕੇਸ ਹੋਏ ਉਹਨੇ ਭਾਈ ਜਿਹਨਾਂ ਕਤਲ ਪਤੋ ਕੀਤੇ ਉਹ ਚੁੱਲਿਆਂ ਦੇ ਵਿੱਚ ਘਾਉ ਗਿਓ ਪਿੱਪਲ ਹੋ ਗਿਓ ਬਾਲੇ ਡੈਗ ਪਾਉਣਾ ਦੇ ਮਕਾਨ ਸਾਰੇ ਡਿੱਠੇ ਹੋਏ ਨੇ ਕੁਛ ਨਹੀਂ ਕਰਦੇ ਜਿੱਥੇ ਮਹਿਫਲਾਂ ਲੱਗਦੀਆਂ ਹੁੰਦੀਆਂ ਹੁੰਦੇਆਂ 20-20 ਬੰਦਿਆਂ ਦੇ ਤੇ ਉਥੇ ਘੁੱਗੀਆਂ ਕਬੂਤਰ ਬੋਲਦੇ ਨੇ ਤrega ਤੇ ਜੇ ਨਹੀਂ ਰਹਿਣਾ ਆਉਂਦਾ ਚੰਗੀ ਤਰ੍ਹਾਂ ਤੇ ਬਾਹਲੇ ਪੰਗੇ ਨਾ ਲਿਆ ਕਰੋ ਸ਼ਾਂਤੀ ਦੇ ਨਾਲ ਰਹਿ ਲਿਆ ਕਰੋ ਫੁਕਰ ਪਾਣੀਆਂ ਛੱਡ ਦਿਓ ਬਈ ਇਦਾਂ ਅਸੀਂ ਫੁਕਰ ਪਣ ਨੇ ਜਿਹੜੇ ਉਹ ਬੰਦੇ ਚੰਗੇ ਨਹੀਂ ਲੱਗਦੇ ਹੈਗੇ ਮੈਂ ਵੀਡੀਓ ਦੇਖਦਾ ਰਹਿਣਾ ਹੁਣਾ ਕਈਆਂ ਦੀਆਂ ਨਹੀਂ ਚੰਗੀਆਂ ਲੱਗਦੀਆਂ ਹਰਕਤਾਂ ਅਸੀਂ ਸਾਨੂੰ ਸਿਆਣੇ ਬਣਾਣਾ ਚਾਹੀਦਾ ਸੋ ਸਮਝ ਕੇ ਕੰਮ ਲੈਣਾ ਚਾਹੀਦਾ ਅਸੀਂ ਪੁਰਾਣੀ ਸੋਚ ਵਿੱਚ ਨਹੀਂ ਬੈਠੇ ਅਸੀਂ ਪੜੇ ਲਿਖੇ ਸਾਡੇ ਨਿਆਣੇ ਬਹੁਤ ਪੜ ਚੁੱਕੇ ਨੇ ਠੀਕ ਆ ਜਿਹੜੇ ਪੁਰਾਣੇ ਨੇ ਬੁੱਢੜ ਠੋਗੜ ਜਿਹੇ ਅਜਨਾਂ ਨੂੰ ਅਕਲ ਹੀ ਕੋਈ ਨਹੀਂ ਇਹ ਨਾਰੇ ਨੂੰ ਮਾਰ ਮੋੜ ਲੈਂਦੇ ਨੇ ਠੀਕ ਹੈ ਕਰਨ ਤੇ ਬਾਕੀ ਗੱਲਾਂ ਮਾਰਦੇ ਰਹਿੰਦੇ ਨੇ YouTube ਤੇ ਵੀਡੀਓ ਪਾ ਆ ਕੇ ਕੋਈ 5 ਲੱਖ ਰੁਪਈਆ ਨਾਮ ਦੇ ਨਾ ਮੈਂ ਇੱਥੋਂ ਸਿੰਘ ਕੋਈ ਕੈਨੇਡਾ ਤੋਂ ਬੋਲਦਾ ਸਰਦਾਰ ਹੂੰ ਮੈਂ ਜਾਣਦਾ ਤੁਹਾਨੂੰ ਕੈਨੇਡਾ ਵਾਲਿਆਂ ਨੂੰ ਚਾਰ ਦਾ ਡੱਬਾ ਤੁਹਾਡੇ ਫ੍ਰਿਜ ਦੇ ਵਿੱਚ ਹੁੰਦਾ ਠੀਕ ਹੈ ਕਰਨ ਹੈ ਘਰ ਦੀਆਂ ਕਾਇਸ਼ਤਾਂ ਨਹੀਂ ਦੇ ਹੁੰਦੀਆਂ ਬੜਕ ਮਾਰਨੀ ਬੜੀ ਸਕਾਲੀ ਹੁੰਦੀ ਹੈ ਓਕੇ ਕੋਈ ਆਫਰ ਕਰਦਾ ਇਦੋਂ ਬੰਬੇ ਤੋਂ ਕਰਦਾ ਕੋਈ ਨੌਕਰੀ ਦੀ ਆਫਰ ਕਰਦਾ ਇਹ ਇਹ ਘੱਟੇ ਬੰਦੇ ਹੁੰਦੇ ਨੇ ਠੀਕ ਆ ਕਿ ਨਹੀਂ ਪੰਪ ਦੇਣ ਵਾਲੇ ਜ਼ਿਆਦਾ ਬੰਦੇ ਹੁੰਦੇ ਨੇ 5 ਰੁਪਏ ਦੀ ਹੈਲਪ ਨਹੀਂ ਤੁਸੀਂ ਕਰ ਸਕਦੇ ਕਿਸੇ ਗਰੀਬ ਬੰਦੇ ਦੇ ਓਕੇ ਬੜ ਬੜੀਆਂ ਫੜਾਂ ਮਾਰ ਲੀਆਂ ਕੋਈ 50000 ਦਿੰਦਾ ਨਾਮ ਦਾ ਕੋਈ ਲੱਖ ਰੁਪਏ ਵੀਡੀਓ ਬਾੜੀਓ ਕੱਢ ਕੋਟ ਲੈਂਗਾ ਤੁਸੀਂ ਨਾ ਉਸੇ ਵੇਲੇ ਹੁਣ ਨਿਕਲਣ ਲੱਪਈਂ ਸ਼ੁਰੂ ਹੋ ਉਸੇ ਵੇਲੇ ਹੋ ਗਈਆਂ ਠੀਕ ਹੈ ਅਸੀਂ ਇਦਾਂ ਕਰ ਦਵਾਂਗੇ ਇਹ ਕੱਪੜੇ ਸਾਲੇ ਇੰਦੀਆ ਤੋਂ ਸਮਾਉਂਦੇ ਹੁੰਦੇ ਆ ਜਾ ਕੇ ਤੇ ਆਫਰਾਈਡਰੋਂ ਬਾਹਰੋਂ ਕਰਦੇ ਹੁੰਦੇ ਨੇ 5-5 ਲੱਖ ਰੁਪਏ ਦੀਆਂ ਮੈਂ ਤਾਂ ਨਾ ਫਲਾਣਾ ਕਰ ਲੈ ਇਹਨਾਂ ਨੇ ਕਦੇ ਵੀ ਚਵਾਨੀ ਨਹੀਂ ਕੱਢੀ ਜੇਬ ਦੇ ਵਿੱਚੋਂ ਮੈਂ ਇਹਨਾਂ ਨੂੰ ਜਾਣਦਾ ਜੰਨਾ ਐਨ ਆਰੀ ਆ ਮੇਰੇ ਮੇਤੋਂ ਜ਼ਿਆਦਾ ਸਬਸਕ੍ਰਾਈਬਰ ਨੇ ਕਿਸੇ ਦੇ ਹੁਣ ਠੀਕ ਹੈ ਕਿ ਨਹੀਂ ਤੇ ਮੇਰੇ ਜਿੰਨੇ ਸਬਸਕ੍ਰਾਈਬਰ ਨੇ ਸਾਰੇ ਫੁੱਲ ਸਪੋਰਟਾਂ ਕਰਦੇ ਹੁੰਦੇ ਨੇ ਤੇ ਬਾਅਦ ਦੇ ਭਾਜੀ ਰੰਗ ਕਰਾਉਣਾ ਮਕਾਨ ਉਹਦੇ ਵੀਨੇ ਕ ਪੈਸੇ ਭੇਜ ਦਿਓ ਤੇ ਮੈਂ ਕਿੱਥੋਂ ਇਹਨਾਂ ਨੂੰ ਇਕੱਲੇ ਇਕੱਲੇ ਨੂੰ ਭੇਜਣ ਲੱਪਾਂ ਮੈਂ ਤਾਂ ਕਿਹਾ ਵੀ ਜਿੱਦ ਕਦੇ ਉਹਦੇ ਅੱਧ ਜਾਗ ਤੱਕ ਮਕਾਨ ਨੂੰ ਰੰਗਾਣ ਦੀ ਜ਼ਰੂਰਤ ਤੇ ਕੋਈ ਨਹੀਂ ਠੀਕ ਹੈ ਐਦਾਂ ਨਹੀਂ ਗੱਲਾਂ ਮਾਰਦੇ ਨੇ ਆਫਰ ਕਰਦੇ ਨੇ ਫਲਾਨਾ ਕਹਦੇ ਆ ਕਹਦੇ ਕੋਈ ਪੈਸਾ ਨਹੀਂ ਭੇਜ ਸਕਦਾ ਮੰਗਤੇ ਸਰ ਇਹਦੇ ਹੁੰਦੇ ਨੇ ਕਿਉਂਕਿ ਮੇਰੇ ਨਾਲ ਹੋਇਆ ਮੈਨੂੰ ਪਤਾ ਮੈਂ 86 ਲੱਖ ਰੁਪਏ 3 ਸਾਲ ਦੇ ਵਿੱਚ ਹੈਲਪ ਆਪਣੇ ਕੋਲੋਂ ਕੀਤੀ ਹੈ ਗਰੀਬਾਂ ਦੇ ਜੇ ਕੋਈ ਬੰਦਾ ਮੈਨੂੰ ਦੱਸ ਦੇਵੇ ਮੈਨੂੰ 10 ਰੁਪਏ ਭੇਜੇ ਹੋਣਗੇ ਠੀਕ ਹੈ ਕੋਈ ਨਹੀਂ ਭੇਜਦਾ ਸਾਰੇ ਇਦਾਂ ਦੇ ਹੀ ਆ ਮੈਂ ਵੀਡੀਓ ਕਈ ਪਾਈਆਂ ਮੈਂ ਤਜਰਬੇ ਕਰਨੇ ਆ ਮੈਂ ਵੀਡੀਓ ਵਾਲਾ ਬੰਦਾ ਨਹੀਂ ਨਾ ਮੈਂ ਹੈਗਾ ਟੈਕਨੋਲੋਜੀ ਮਨ ਹਰ ਵੀਡੀਓ ਵੇ ਜਿਸੀ ਕਰਕੇ ਕਹਿਣਾ ਵੀ ਕਈ ਪਤਾ ਨਹੀਂ ਲੱਗਦਾ ਕੌਣ ਠੀਕ ਹੈ ਮੈਂ ਨੰਨਾ ਨਮੀ ਕਾਟਣਾ ਕੱਟਦਾ ਹੁਣ ਹੱਕੇ ਮੈਂ ਕਈ ਵੀਡੀਓ ਪਾਈਆਂ ਮੈਂ ਗੱਡੀ ਆਪਣੇ ਗੈਸ ਦੀ ਕਿਲਤ ਜਿਹੜੀ ਖਤਮ ਕਰਨੀ ਹੈ ਜਿਹੜੀ ਆਪਾਂ ਨੂੰ ਗੈਸ ਸਲੰਡਰ 1000 1500 ਦਾ ਮਿਲਦਾ ਉਹਦਾ ਆਪਾਂ ਪ੍ਰੋਪਰ ਕੰਮ ਖਤਮ ਕਰ ਦੇਣਾ ਆਪਾਂ ਕਾੜ ਕੂੜ ਕੱਢਦੇ ਆ ਕੋਈ ਜਾ ਕੇ ਹੈ ਮੇਰੀ ਤਾਂ ਕੋਈ ਹੈਲਪ ਕਰਨ ਤਿਆਰ ਨਹੀਂ ਮੈਂ ਤਾਂ ਕੋਈ ਹਰਾਮ ਦੇਣ 5 ਰੁਪਏ ਨਹੀਂ ਭੇਜੇ ਮੈਂ ਤਾਂ ਹੁਣ ਵੀ ਕਹਿੰਦਾ ਮੈਂ ਗੱਡੀਆਂ ਦੇ ਕੰਮ ਕਰਦਾ ਬੈਟਰੀ ਡਾਊਨ ਨਾ ਹੋਵੇ ਠੀਕ ਹੈ ਕਣ ਆ ਜੀਆਂ ਟੈਸਲਾ ਪੈਚਲਾ ਆਈਆਂ ਪਈਆਂ ਕੋਈ ਹੋਰ ਆਈਆਂ ਪਈਆਂ ਦੇਨੂੰ ਟੈਂਸਰ ਕਿਲੋਮੀਟਰਾਂ ਚਾਰਜ ਕਰਨਾ ਪੈਂਦਾ ਓਕੇ ਮੈਂ ਤੇ ਨਮੀਆਂ ਕਾਢਣਾ ਕਰਦਾ ਭਾਈ ਆਇਆ ਇਤਜ਼ਾਰਬੇ ਕਰਨੇ ਆ ਬਿਜਲੀ ਦੀ ਕਾਢ ਮੈਂ ਕੱਢਦਾ ਫਿਰਦਾ ਗੈਸ ਦੀ ਕਾਢ ਮੈਂ ਕੱਢਣ ਮੈਂ ਤਾਂ ਕੋਈ ਬੰਦਾ ਕਹਿੰਦਾ ਨਹੀਂ ਤੇਰੇ ਨਾਲ ਉਹ ਤੇਰੀ ਫੁੱਲ سپورਟ ਹੈ ਤੈਨੂੰ ਹੈਲਪ ਚਾਹੀਦੀ ਠੀਕ ਹੈ ਕਿ ਨਹੀਂ ਮੈਂ ਕੰਮ ਕਰਨਾ ਮੈਂ ਇੰਡੀਆ ਜਾਣਾ ਮੇਰੇ ਪੰਜ 6 ਮਿੰਟ ਉੱਥੇ ਲੱਗਣ ਮੈਂ ਤੂੰ ਇਤਜ਼ਾਰਬੇ ਕੱਢਣੇ ਠਾ ਠਾ ਕਰਕੇ ਠੀਕ ਹੈ ਕੋਈ ਡਾ ਦਲੇਰ ਹੈ ਨਹੀਂਗਾ ਇਦਾਂ ਦੇ ਕੰਮ ਤੇ ਦਲੇਰ ਹੋ ਜਾਣੇ ਨੇ ਬੜੇ ਆਪਣੀ ਜਾਣ ਕੇ ਜ਼ੋਰ ਤੋਂ ਦਿਖਾਲਦੇ ਅੱਖ ਦਿਖਾਲਦੇ ਇਦਾਂ ਕਰ ਕਰ ਕੇ ਹਾਂ ਵੈਦਾਂ ਦੀ ਮਸ਼ਹੂਰ ਹੋ ਜਾਣੇ ਬੇ ਬੜੇ ਮਸ਼ਹੂਰ ਹੋ ਜਾਣੇ ਚੁੱਪ ਕਰਕੇ ਜਿਹੜੀ ਮਾਸ ਕੰਨ ਕਰ ਦਿਓ ਜਾ ਕੇ ਠੀਕ ਹੈ ਰੋਲੀ ਪਾਉਣ ਦੀ ਕੀ ਜ਼ਰੂਰਤ ਇਦਾਂ ਮੈਂ ਵੀ ਕਹਿ ਸਕਦਾ ਭਾਈ ਮੈਂ ਇਸ ਭੈਣ ਨੂੰ 20000 ਰੁਪਏ ਦਾ ਮੈਂ ਦਿੰਦਾ ਮਹੀਨੇ ਦਾ ਮੈਂ ਦੇ ਦੇਣਾ ਮੈਂ ਤੁਹਾਡੇ ਨਾਲ ਮੈਂ ਵੀਡੀਓ ਪਾ ਦਿੱਤੀ ਮੈਂ ਦੇ ਦੇਣਾ ਇਹ ਮਹੀਨੇ ਦਾ ਜਾਤੇ ਦੇ ਕੋਲ ਕੰਮ ਨਹੀਂ ਮਿਲਦਾ ਨੌਕਰੀ ਮਿਲਦੀ ਨੌਕਰੀ ਵੀ ਦੋ ਵਾਰ ਮੰਗ ਕੋਈ ਐਡੀ ਪ੍ਰੋਬਲਮ ਨਹੀਂ ਠੀਕ ਹੈ ਇਹ ਵੀ ਤਾਂ ਕਹਿੰਦੇ ਨੌਕਰੀ ਕਰੂਗੀ ਸਾਡੇ ਬੰਬੇ ਤੇ ਅਸੀਂ ਨੌਕਰੀ ਕਰਨ ਨੂੰ ਨਹੀਂ ਦੇਣ ਅਸੀਂ ਮੈਨੇਜਰ ਦੀ ਪੋਸਟ ਦਵਾਂਗੇ ਇੱਥੇ ਬੈਠੇ ਰਹ ਕੋਈ ਚੱਕਣ ਲੈ ਠੀਕ ਹੈ ਫਿਰ ਉਹਦੀ ਜਿੰਨੀ ਤਨਖਾਹ ਉਹਨੂੰ ਹੀ ਦਿੱਤੀ ਜਾਊਗੀ ਆਹ ਨਹੀਂ ਗੱਲਾਂ ਮਾਰਨੀ ਹੈਗੀਆਂ ਆਹ ਕਰ ਦਿੰਗੇ ਆਹ ਕਰ ਲੋ ਚਲੋ ਬਥੇਰੇ ਬੰਦੇ ਹੈਲਪ ਕਰ ਸਕਦੇ ਕੀ ਕਰ ਸਕਦੇ ਬੰਦੇ ਹੁੰਦੇ ਨੇ ਕਈ ਇਹ ਕਈ ਗੱਪਾਂ ਵੀ ਮਾਰਦੇ ਆ ਮੈਂ ਉਹ ਗੱਪੀਆਂ ਦੀ ਗੱਲ ਕਰਦਾ ਜਿਹੜਾ ਗੱਪੀ ਵੀ ਹੁੰਦੇ ਨੇ ਠੀਕ ਹੈ ਐਦਾਂ ਕਰਦੇ ਆਂਗੇ ਓਕੇ ਮੈਨੂੰ ਤਾਂ ਕੋਈ ਬੰਦਾ ਮਿਲਿਆ ਕੋਈ ਨਹੀਂਗਾ ਮੈਂ ਦੇਸ਼ ਨੂੰ ਪੂਰਾ ਚੱਕਣ ਦਾ ਫਰਜ਼ਾ ਉੱਤੇ ਨੂੰ ਬਈ ਐਦਾਂ ਅਸੀਂ ਆਹ ਕੰਮ ਕਰਦੇ ਆਂ ਆਹ ਕੰਮ ਕਰਦੇ ਆਂ ਓਕੇ ਨਾ ਚੰਗੇ ਪਾਸੇ ਨਹੀਂ ਜਾਣਾ ਹੈਗਾ ਕੋਈ ਗੱਲ ਨਹੀਂ ਮੈਂ ਜਿੰਨੇ ਤਜਰਬੇ ਕਰੂੰਗਾ ਆਪੇ ਕਾਰਨ ਮੈਂ ਤੁਹਾਨੂੰ ਤੁਹਾਡੇ ਪੁਖਾਰੀਆਂ ਦੀ ਮੰਗਤਿਆਂ ਦੀ ਜ਼ਰੂਰਤ ਕੋਈ ਨਹੀਂ ਓਕੇ ਮੇਰਾ ਭਾਵਾ 2 ਲੱਖ ਲੱਗੇ ਮੇਰਾ 40 ਲੱਖ ਲੱਗੇ ਮੇਰਾ ਕਰੋੜ ਲੱਗੇ ਮੈਂ ਤਜਰਬੇ ਕਰਕੇ ਹਟਣਾ ਅੱਗੇ ਵੀ ਕੀਤੇ ਨੇ ਵੀਡੀਓ ਪਾਈਆਂ ਆ ਤੇ ਹੁਣ ਜਿਹੜੇ 2-3 ਰੁਕਿਓ ਆ ਉਹ ਵੀ ਕਰਨੇ ਨੇ ਠੀਕ ਹੈ ਗੱਡੀ ਚਲਾਉਣੀ ਚਲਾਉਣੀ ਹਰ ਹਾਲਤ ਦੇ ਵਿੱਚ ਬੈਟਰੀ ਚਾਰਜ ਕਰ ਲਈ ਜ਼ਰੂਰ ਤੇ ਨਾ ਕੋਈ ਭੁਗਤ ਠੀਕ ਹੈ ਤੇ ਦਿਲ ਤੋਂ ਤੁਮ ਬਾਦ ਅਦਾ ਸ਼ੋਕੋ ਟੈਕਨੋਲੋਜੀ ਮੰਡ ਜਰਮਨੀ ਤੋਂ ਥੈਂਕ ਯੂ ਬਾਏ